रुड़ नहीं रहा, ब्रेक ना लगे हूं, ताही छड़ के गए ने ओ। थाना तक तो सुरक्षित नहीं है, थाना तक तो सुरक्षित नहीं है, ते ऐसी पब्लिक दी सुरक्षा की कर लागे। मोहाली दे विच चोरां दे हौसले इन्ने ज्यादा बुलंद ने कि हुण चोरां तों पुलिस थाने भी सुरक्षित नहीं। हाँ, मोहाली दे विच सत फेज थाने दे विच चोरां ने थाने दे विचों ही चोरी कर लिया मोटरसाइकिल। इस सारी दी सारी घटना दी सीसीटीवी कैमरियां दे विच फुटेज हो गई है कैद। जी हाँ, अक्सर ही सुनन नूं मिलदा रहिंदा है कि किसी ना किसी थां दे उपर वारदात हो जांदी है अते उस दे बारे विच इन्वेस्टिगेशन कीती जांदी है पुलिस दे वल्लों, परंतु की होएगा उदों जदों थाने दे विचों ही चोरी हो जावे। जी हाँ, वो कुछ अजिहा ही मामला वेखन नूं मिलिया है मोहाली दे विच। मोहाली दे विच चोरां दे हौसले इन्ने ज़्यादा बुलंद ने कि हुण चोरां तों पुलिस थाने भी सुरक्षित नहीं हन। दस दिए कि मोहाली दे सत फेज थाने दे विचों चोरां दे वल्लों मोटरसाइकिल चोरी कर लिया जांदा है अते घटना सीसीटीवी कैमरियां दे विच कैद हो जांदी है। जेकर यह कैमरियां दे विच कैद ना हुंदी तां शायद किसी ने इस दे उपर यकीन भी नहीं सी करना। दस दिए कि चोर मोटरसाइकिल दो कंधा टपा के पार्क दे विच लै गए, परंतु जदों मोटरसाइकिल इन्हां तों कंध टपाउण तों बाद अगे ना रोड़िया गया तां इन्हां दे वल्लों डर दे मारियां इस मोटरसाइकिल नूं इत्थे ही छड के फरार हो जाण दी खबर भी सामने आई है। ब्रेक ना लगे हुण तां ही छड के गए ने ओह। ਹਾਂਜੀ, ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਇਸ ਵਾਰਡ ਦੇ ਵਿੱਚ 11 ਨੰਬਰ ਵਾਰਡ 'ਚ ਪਰਟੀਕੁਲਰ 11 ਨੰਬਰ ਵਾਰਡ ਨੂੰ ਟਾਰਗੇਟ ਕਰ ਰਹੇ ਹਾਂ, ਜਾਂ 10 ਨੰਬਰ ਵਾਰਡ 'ਚ ਇੱਕ ਮਰਡਰ ਵੀ ਹੋਇਆ ਸੀ। ਜੇ ਤੁਹਾਨੂੰ ਉਸ ਨੌਲੇਜ ਹੋਵੇ ਤਾਂ ਕੋਠਿਆਂ 'ਚ ਚੌਂਕੀਦਾਰ ਦਾ ਮਰਡਰ ਕਰਕੇ ਚਲੇ ਗਏ ਸੀਗੇ। ਸਾਡੇ ਇੱਥੇ PCR ਦੀ ਜਿਹੜੀ ਆਪਣੀ ਸਕਿਉਰਿਟੀ ਵਧਾਉਣੀ ਚਾਹੀਦੀ ਹੈ, ਪ੍ਰੋਪਰ ਇੱਕ ਪੁਲਿਸ ਪੈਟਰੋਲਿੰਗ ਹੋਣੀ ਚਾਹੀਦੀ ਹੈ ਇੱਥੇ। ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ, ਜੇ ਥਾਣਾ ਤੱਕ ਤਾਂ ਸੁਰੱਖਿਅਤ ਨਹੀਂ ਹੈ ਤਾਂ ਅਸੀਂ ਪਬਲਿਕ ਦੀ ਸੁਰੱਖਿਆ ਕੀ ਕਰ ਲਵਾਂਗੇ। ਥਾਣਾ ਜਿਹੜਾ ਹੈ ਬਿਲਕੁਲ ਕੋਠਿਆਂ ਦੀ ਬੈਕ 'ਤੇ ਪੈਂਦਾ ਹੈ। ਇੱਥੋਂ ਦੀ ਰਾਤ ਦੇ ਕੋਈ 2 ਵਜੇ ਦੇ ਕਰੀਬ ਇੱਥੋਂ ਦੀ ਕੋਈ ਮੋਟਰਸਾਈਕਲ ਚੱਕ ਕੇ ਲਾਇਬ੍ਰੇਰੀ ਪਾਰਕ ਦੇ ਵਿੱਚੋਂ ਉੱਥੋਂ ਨਿਕਲਿਆ, ਇੱਧਰਲੇ ਪਾਸਿਆਂ ਦੀ ਕੋਠੀ ਦੇ ਕੋਲ ਖੜਾ ਕਰਤਾ ਲਿਆ ਕੇ। ਕਿਉਂ ਉੱਥੋਂ ਲਿਆ ਕੇ ਖੜਾ ਕਰਤਾ? ਕਿਉਂਕਿ ਮੋਟਰਸਾਈਕਲ ਜਾਮ ਸੀਗਾ, ਉਹ ਚੱਕ ਕੇ ਇੱਥੇ ਲਿਆਏ ਆ। ਅੱਗੋਂ ਜਾਮ ਹੋਣ ਕਰਕੇ ਉਹ ਚਲਾ ਨਹੀਂ ਪਾਏ। ਉਦੋਂ ਇਹ ਗੱਡੀ ਵੀ ਕਹਿੰਦੇ ਚੋਰੀ ਕਰਨ ਦੀ ਕੋਈ? ਇਹਦੇ ਬਿਲਕੁਲ ਨਾਲ ਆ ਗੱਡੀ ਖੜੀ ਸੀ, PB 65 AD 2895 ਨੰਬਰ। ਇਹਦੇ ਇਹਨਾਂ ਨੇ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਗੱਡੀ ਇਹਦਾ ਤਾਲਾ ਖੁੱਲ੍ਹਿਆ ਨਹੀਂ ਹੈ ਅਤੇ ਉਸ ਤੋਂ ਬਾਅਦ ਉੱਥੋਂ ਨੱਠ ਚੁੱਕੇ ਹੈ। ਬਟ ਮੈਂ ਇਹੀ ਗੱਲ ਕਰਾਂਗਾ ਕਿ ਇਸ ਤੋਂ ਪਹਿਲਾਂ ਵੀ 4-5 ਦਿਨ ਪਹਿਲਾਂ ਵੀ ਸਾਡੇ ਲਾਇਬ੍ਰੇਰੀ ਪਾਰਕ ਹੈ ਇੱਥੇ, ਤੁਸੀਂ ਆ ਕੇ ਦੇਖ ਸਕਦੇ ਹੋ ਕਿੰਨੇ ਨਸ਼ੇੜੀ ਬੈਠੇ ਹੁੰਦੇ ਰਾਤ ਦੇ ਟਾਈਮ, ਕੋਈ 2 ਵਜੇ ਦੇ ਕਰੀਬ 1:30 ਵਜੇ ਦੇ ਕਰੀਬ ਆ ਕੇ ਦੇਖ ਸਕਦੇ ਹੋ। ਪੁਲਿਸ ਪੈਟਰੋਲਿੰਗ ਵਧਾਈ ਜਾਵੇ ਤਾਂ ਕਿ ਜਿਹੜੇ ਕ੍ਰਾਈਮ ਵੱਧ ਰਿਹਾ ਡੇ ਬਾਈ ਡੇ ਜਿਹੜੇ ਵੱਧ ਰਿਹਾ ਉਸ 'ਤੇ ਕੰਟਰੋਲ ਹੋ ਸਕੇ। ਸਾਡੀ ਆਪਣਾ ਹੁਣੇ ਸਤਨਾਮ ਜੀ ਆਏ ਸੀਗੇ, ਉਹਨਾਂ ਨਾਲ ਗੱਲ ਹੋਈ ਹੈ, SHO ਨਾਲ ਗੱਲ ਹੋਈ ਹੈ ਅਤੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਕਿ ਪੁਲਿਸ ਪੈਟਰੋਲਿੰਗ ਵਧਾਈ ਜਾਏਗੀ। ਵੈਰੀਫਾਈ ਕਰਨਾ ਬਾਕੀ ਹੈ ਕੀ ਕੰਪਲੇਂਟ ਕੀ ਸੀਗੀ ਇੱਥੇ? ਮਤਲਬ ਕੰਪਲੇਂਟ ਬਸ ਇਹ ਮੈਸੇਜ ਆਇਆ ਕਿ ਇੱਧਰ ਜਿਹੜੇ ਕੋਈ ਅਨਨੋਨ ਬੰਦੇ ਇੱਦਾਂ ਰਾਤ ਨੂੰ ਘੁੰਮਦੇ ਰਹੇ ਨੇ, ਪਤਾ ਲੱਗਿਆ ਹੈ ਉਹਦੇ ਸੰਬੰਧ 'ਚ ਆਏ ਸੀ। ਬਾਕੀ ਅਸੀਂ ਕਰਕੇ ਸਾਰੇ ਟਰੇਸ ਕਰਾਂਗੇ ਜਲਦੀ। ਇੱਕ ਗੱਡੀ ਦਾ ਵੀ ਕਹਿੰਦੇ ਲੋਕ ਜਦ ਤੋੜਨ ਦੀ ਕੋਸ਼ਿਸ਼ ਕੀਤੀ? ਹਾਂ, ਸਾਰਾ ਕੁਝ ਅਸੀਂ ਟਰੇਸ ਕਰ ਰਹੇ ਹਾਂ। ਜੋ CCTV ਮਿਲੀ ਹੈ ਉਹਦੇ ਵਿੱਚ ਚੈੱਕ ਕਰ ਰਹੇ ਹਾਂ। ਹਾਂ, ਸਭ ਕੁਝ ਚੈੱਕ ਕਰਕੇ ਟਰੇਸ ਕਰਕੇ ਦੱਸ ਰਹੇ। ਕੁਝ ਪੈਟਰੋਲਿੰਗ ਦੀ ਮੰਗ ਕਰ ਰਹੇ ਨੇ, ਕਹਿੰਦੇ ਵੀ PCR ਦੀ ਨਹੀਂ ਪੈਟਰੋਲਿੰਗ ਇੱਥੇ? ਬਿਲਕੁਲ ਜੀ, PCR ਇੰਚਾਰਜ ਸਾਹਿਬ ਨੂੰ ਦੱਸ ਦਿੱਤਾ ਹੈ, PCR ਪਾਰਟੀ ਵਧਾ ਦਿੱਤੀ ਹੈ, ਹਰ ਅੱਧੇ ਘੰਟੇ ਤੱਕ ਚੱਕਰ ਵੀ ਲਾਇਆ ਕਰਨਗੇ। ਅਸੀਂ ਆਪ ਵੀ ਥਾਣੇ ਵੱਲੋਂ ਵੀ ਆਇਆ ਕਰਾਂਗੇ, SHO ਸਾਹਿਬ ਵੀ ਆ ਰਹੇ। ਮੋਹਾਲੀ ਤੋਂ ਜਸਮੀਤ ਸਿੰਘ ਦੀ ਰਿਪੋਰਟ, ਵਰਲਡ ਪੰਜਾਬੀ TV।